साल 2023 ਦੇ ਸਟਾਰਟਿੰਗ ਦੇ ਵਿੱਚ ਇੱਕ ਨਿਊਜ਼ ਆਈ ਸੀ ਜਿਹਦੇ ਵਿੱਚ ਫੈਮਿਲੀ ਕਲਾਸ ਦੇ ਐਪਲੀਕੈਂਟਸ ਨੂੰ ਲੈ ਕੇ ਇਨਫੋਰਮੇਸ਼ਨ ਦਿੱਤੀ ਗਈ ਸੀ। ਮਿਸਟਰ ਸੇਨ ਫਰੀਜ਼ਰ ਉਦੋਂ ਦੇ ਇਮੀਗ੍ਰੇਸ਼ਨ ਮਿਨਿਸਟਰ ਸੀ, ਉਹਨਾਂ ਨੇ ਧਿਆਨ ਦੇ ਵਿੱਚ ਲਿਆਂਦਾ ਸੀ ਵੀ ਜਿੰਨੇ ਵੀ ਐਪਲੀਕੈਂਟਸ ਜਿਨ੍ਹਾਂ ਦੀ ਐਪਲੀਕੇਸ਼ਨ ਅੰਡਰ ਫੈਮਿਲੀ ਕਲਾਸ ਪ੍ਰੋਸੈਸਿੰਗ ਦੇ ਵਿੱਚ ਹੈ, ਯਾਨੀ ਹਸਬੰਡ ਵਾਈਫ ਦੇ ਵਿੱਚੋਂ ਇੱਕ ਬੰਦਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਆ, ਦੂਸਰੇ ਨੇ ਆਪਣੀ ਪੀਆਰ ਦੀ ਐਪਲੀਕੇਸ਼ਨ ਸਬਮਿਟ ਕੀਤੀ ਵੀ ਹੈ। ਹੁਣ ਫੈਮਿਲੀ ਕਲਾਸ ਦਾ ਪ੍ਰੋਸੈਸਿੰਗ ਟਾਈਮ ਅਪ ਟੂ 1 ਇਅਰ ਦਾ, ਇੱਕ ਸਾਲ ਤੱਕ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਰਹਿੰਦੀ ਆ। ਤਾਂ ਗਵਰਨਮੈਂਟ ਨੇ ਉਦੋਂ ਆਪਸ਼ਨ ਦਿੱਤੀ ਸੀ ਵੀ ਜਿਹੜੇ ਐਪਲੀਕੈਂਟ ਸੀ ਐਪਲੀਕੇਸ਼ਨ ਫੈਮਿਲੀ ਕਲਾਸ ਦੇ ਵਿੱਚ ਪ੍ਰੋਸੈਸ ਦੇ ਵਿੱਚ ਹੈ, ਉਹ ਆਪਣਾ TRB ਅਪਲਾਈ ਕਰ ਸਕਦੇ ਆ। TRB ਅਪਲਾਈ ਕਰਕੇ ਇੱਕ ਵਾਰੀ ਟੈਂਪਰੇਰੀ ਤੌਰ ਤੇ ਉਹ ਟਰੈਵਲ ਕਰ ਸਕਦੇ ਆ, ਆਪਣੇ ਸਪਾਊਸ ਕੋਲ ਜਾ ਕੇ ਰਹਿ ਸਕਦੇ ਆ। ਸੋ ਬਹੁਤ ਚੰਗਾ ਸਕਸੈਸ ਰੇਟ ਇਸ ਕੈਟਾਗਰੀ ਦੇ ਵਿੱਚ ਰਿਹਾ ਸੀ। ਅੱਜ ਇੱਕ ਹੋਰ ਕੇਸ ਸੇਮ ਜਿਹਦਾ TRB ਵੀਜ਼ਾ ਅਪਰੂਵ ਹੋਇਆ, ਲਵਪ੍ਰੀਤ ਕੌਰ ਇਹਨਾਂ ਦਾ ਨਾਮ ਹੈ ਜੋ ਕਿ ਗੁਰੂ ਕੀ ਨਗਰੀ ਬਠਿੰਡਾ ਦੇ ਰਹਿਣ ਵਾਲੇ ਆ। ਇਹਨਾਂ ਦੀ ਐਪਲੀਕੇਸ਼ਨ ਵੀ ਸਾਡੇ ਕੋਲੋਂ ਅੰਡਰ ਫੈਮਿਲੀ ਕਲਾਸ ਪ੍ਰੋਸੈਸ ਦੇ ਵਿੱਚ ਹੈ। ਇਹਨਾਂ ਦੇ ਹਸਬੈਂਡ ਕੈਨੇਡਾ ਦੇ ਵਿੱਚ PR ਨੇ। ਸੋ ਇਹਨਾਂ ਦੀ ਐਪਲੀਕੇਸ਼ਨ ਜਦੋਂ 1 ਤੋਂ 1.5 ਮਹੀਨਾ ਹੋ ਗਿਆ ਸੀ ਫੈਮਿਲੀ ਕਲਾਸ ਦੇ ਵਿੱਚ ਸਬਮਿਟ ਹੋਈ ਨੂੰ, ਉਸ ਤੋਂ ਬਾਅਦ ਇਹਨਾਂ ਦਾ TRB ਅਪਲਾਈ ਕੀਤਾ ਗਿਆ ਸੀਗਾ, ਜੋ ਕਿ ਹਸਬੈਂਡ ਹੋਮ ਸਿਕਨੈਸ ਦਾ ਰੀਜ਼ਨ ਪਾ ਕੇ TRB ਅਪਲਾਈ ਕੀਤਾ, ਤੇ ਟੋਟਲ 13 ਦਿਨਾਂ ਦੇ ਵਿੱਚ ਲਵਪ੍ਰੀਤ ਦਾ TRB ਅਪਰੂਵ ਹੋਇਆ। ਸੋ ਕੋਈ ਫੰਡਸ ਦੀ ਜ਼ਿਆਦਾ ਇਹਦੇ ਵਿੱਚ ਜ਼ਰੂਰਤ ਨਹੀਂ ਹੁੰਦੀ, ਬਸ ਤੁਹਾਡੀ ਐਪਲੀਕੇਸ਼ਨ ਜਿਹੜੀ ਅੰਡਰ ਫੈਮਿਲੀ ਕਲਾਸ ਸਬਮਿਟ ਹੋਣੀ ਚਾਹੀਦੀ ਆ। ਸੋ ਜਿੰਦੇ ਵੀ ਐਪਲੀਕੈਂਟਸ ਜਿਨ੍ਹਾਂ ਦੀ ਐਪਲੀਕੇਸ਼ਨ ਅੰਡਰ ਫੈਮਿਲੀ ਕਲਾਸ ਪ੍ਰੋਸੈਸ ਦੇ ਵਿੱਚ ਹੈ, ਉਹਨਾਂ ਦਾ ਹਸਬੈਂਡ ਕੈਨੇਡਾ ਦੇ ਵਿੱਚ ਜਾਂ ਉਹਨਾਂ ਦਾ ਸਪਾਊਸ ਕੈਨੇਡਾ ਦੇ ਵਿੱਚ ਜ਼ਿਆਦਾ PR ਆ ਜਾਂ ਸਿਟੀਜ਼ਨ ਆ, ਸੋ ਉਹਨਾਂ ਨੂੰ ਡਿਸੀਜਨ ਦੇ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ। ਆਪਣਾ TRB ਅਪਲਾਈ ਕਰੋ। TRB ਦਾ ਡਿਸੀਜਨ ਅਪ ਟੂ 1 ਮੰਥ 30 ਦਿਨਾਂ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਹੁਣ ਲਵਪ੍ਰੀਤ ਦਾ ਵੀਜ਼ਾ ਟੋਟਲ 13 ਦਿਨ ਦੇ ਵਿੱਚ ਹੀ ਅਪਰੂਵ ਹੋਇਆ। ਸੋ ਇੱਕ ਵਾਰ ਤੁਸੀਂ ਟੈਂਪਰੇਰੀ ਤੌਰ 'ਤੇ ਆਪਣੇ ਸਪਾਊਸ ਕੋਲ ਟਰੈਵਲ ਕਰ ਸਕਦੇ ਹੋ।